ਹਿੱਤ ਨੂੰ ਸਮਰਪਿਤ, ਪ੍ਰੈਸ ਅਤੇ ਮਨੁੱਖੀ ਅਧਿਕਾਰ ਨੂੰ ਸਮਰਪਿਤ CCP ਹਿਊਮਨ ਰਾਈਟਸ ਕੌਂਸਲਿੰਗ ਕਮੇਟੀ ਜੈਤੋ ਦਾ ਕੀਤਾ ਗਿਆ ਗਠਨ। ਅੱਜ ਅਸੀਂ ਖੁਸ਼ਵੰਤ ਰਾਏ ਜੀ ਗੋਇਲ ਜੈਤੋ ਦੇ ਦਫ਼ਤਰ ਦੇ ਵਿੱਚ CCP ਨਿਊਜ਼ ਅਤੇ ਹਿਊਮਨ ਰਾਈਟਸ ਕੌਂਸਲਿੰਗ ਕਮੇਟੀ ਦਾ ਗਠਨ ਕੀਤਾ ਔਰ ਇਸ ਗਠਨ ਦੇ ਵਿੱਚ ਖੁਸ਼ਵੰਤ ਰਾਏ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਔਰ ਇਹਨਾਂ ਦੇ ਨਾਲ ਡਾਕਟਰ ਦਵਿੰਦਰਪਾਲ ਬੌਬੀ ਜੀ ਸੀਨੀਅਰ ਵਾਈਸ ਪ੍ਰਧਾਨ, ਅਸ਼ੋਕ ਜਿੰਦਲ ਜੀ ਮੁੱਖ ਸਲਾਹਕਾਰ, ਮਨੀਸ਼ ਜੀ ਐਗਜੈਕਟਿਵ ਮੈਂਬਰ, ਆਤਮਜੀਤ ਜੀ ਜਨਰਲ ਸਕੱਤਰ, ਗਿਰੀਸ਼ ਮਿੱਤਲ ਜੀ ਪ੍ਰਚਾਰ ਸਕੱਤਰ, ਲਵਿਸ਼ ਜਿੰਦਲ ਜੀ ਮੈਂਬਰ, ਜਗਮੀਤ ਸਿੰਘ ਜੀ ਨੀਟਾ ਮੈਂਬਰ, ਅਸ਼ੋਕ ਧੀਰ ਜੀ ਸਰਪ੍ਰਸਤ, ਜਤਿੰਦਰ ਕੁਮਾਰ ਮਿੱਤਲ ਜੀ ਖਜ਼ਾਨਚੀ ਅਤੇ ਧਰਮਪਾਲ ਪੁੰਨੀ ਜੀ ਸਕੱਤਰ। ਅੱਜ ਇਹ ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਔਰ ਇਸ ਕਮੇਟੀ ਦਾ ਗਠਨ ਕਰਨ ਦਾ ਭਾਵ ਇਹ ਸੀਗਾ ਕਿ ਇਹ ਜਿਹੜੇ ਕੌਂਸਲਿੰਗ ਕਲੱਬ ਹੈ ਉਹ ਹਰ ਬਲਾਕ ਪੱਧਰ ਦੇ ਉੱਤੇ ਜਿਹੜੇ ਹਲਕਾ ਵਾਈਜ਼ ਜਿਹੜੇ ਹੈਗੇ ਆ ਉਹ ਬਣਾਏ ਜਾ ਰਹੇ ਆ ਔਰ ਇਹਨਾਂ ਵਿਅਕਤੀਆਂ ਦੇ ਵੱਲੋਂ ਪਹਿਲਾਂ ਹੀ ਪ੍ਰੈਸ ਦਾ ਕਿਹੜਾ ਕੰਮ ਹੈ ਜਿਹੜਾ ਉਹ ਬਹੁਤ ਬਾਖੂਬੀ ਜਿਹੜਾ ਹੈਗਾ ਨਿਭਾਇਆ ਜਾ ਰਿਹਾ CCP ਨਿਊਜ਼ ਵੱਲੋਂ ਔਰ ਅੱਜ ਤੋਂ ਬਾਅਦ ਇਹ ਜਿਹੜੇ ਸਾਡੇ ਰਿਪੋਰਟਰ ਆ ਸਾਡੇ ਨੁਮਾਇੰਦੇ ਆ ਉਹ ਹਿਊਮਨ ਰਾਈਟਸ ਕਲੱਬ ਅਤੇ ਹਿਊਮਨ ਰਾਈਟਸ ਕਲੱਬ ਦੇ ਨਾਲ ਨਾਲ CCP ਨਿਊਜ਼ ਦੇ ਪਾਠਕ ਜਿਹੜੇ ਸਾਡੇ ਬਣਨਗੇ ਔਰ ਜਿੰਨੇ ਵੀ ਸਾਡੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਚਾਹੇ ਉਹ ਤਹਿਸੀਲ ਪੱਧਰ 'ਤੇ ਬਣਨ ਉਹਨਾਂ ਪਾਠਕਾਂ ਦੀਆਂ ਜਿਹੜੀਆਂ ਵੀ ਸਮੱਸਿਆ ਆਉਣਗੀਆਂ ਉਹ ਵਾਰਡ ਵਾਈਜ਼ ਹੋਣ ਪਿੰਡ ਵਾਈਜ਼ ਹੋਣ ਉਹਨਾਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਅੱਜ ਇਸ ਕਲੱਬ ਦਾ ਗਠਨ ਕੀਤਾ ਗਿਆ। ਅੱਜ ਤੋਂ ਬਾਅਦ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਅਸੀਂ ਪਾਠਕਾਂ ਦੇ ਲੈਵਲ ਦੇ ਉੱਤੇ ਇਹਨਾਂ ਸਾਰੇ ਪੱਤਰਕਾਰਾਂ ਨੂੰ ਅੱਜ ਇਹ ਨਿਵੇਦਨ ਕਰਕੇ ਜਾਵਾਂਗੇ, ਬੇਨਤੀ ਕਰਕੇ ਜਾਵਾਂਗੇ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਉਭਾਰਨ ਦੇ ਨਾਲ ਨਾਲ ਉਹਨਾਂ ਦੇ ਨਾਲ ਜਾ ਕੇ ਵੀ ਉਹਨਾਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਇਹ ਵੱਧ ਤੋਂ ਵੱਧ ਵਡਮੁੱਲਾ ਯੋਗਦਾਨ ਪਾਉਣਗੇ। ਸੋ ਅਸੀਂ ਇਸੇ ਉਮੀਦ ਦੇ ਨਾਲ ਅੱਜ ਇਹ ਨੁਮਾਇੰਦਗੀ ਜਿਹੜੀ ਹੈਗੀ ਅੱਜ ਜਿਹੜੀ ਇਹ ਚੋਣ ਆ ਉਹ ਕੀਤੀ ਆ। ਬਹੁਤ ਬਹੁਤ ਧੰਨਵਾਦ। ਇਹ ਕਮੇਟੀ ਲੋਕਾਂ ਦੀਆਂ ਸਮੱਸਿਆਵਾਂ ਦਾ ਕਰੇਗੀ ਹੱਲ, ਪਿੰਡਾਂ ਸ਼ਹਿਰਾਂ ਤੱਕ ਵੀ ਬੂਥ ਕਮੇਟੀਆਂ ਕੀਤੀਆਂ ਜਾਣਗੀਆਂ ਗਠਿਤ, ਜਿਨ੍ਹਾਂ ਵਿੱਚ ਇੱਕ ਪਹਿਚਾਣ ਪੱਤਰ, CCP ਨਿਊਜ਼ ਪ੍ਰਮੋਸ਼ਨ ਆਈ ਕਾਰਡ ਅਤੇ ਹਿਊਮਨ ਰਾਈਟਸ ਅਵੇਅਰਨੈਸ ਐਸੋਸੀਏਸ਼ਨ ਮੈਂਬਰਸ਼ਿਪ ਕਾਰਡ ਵੀ ਦਿੱਤਾ ਜਾਵੇਗਾ। 8 ਮਾਰਚ 2020 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਪਰ 151 ਸਨਮਾਨਯੋਗ ਮਹਿਲਾਵਾਂ ਨੂੰ ਕੀਤਾ ਜਾਵੇਗਾ ਸਨਮਾਨਿਤ। ਵੱਧ ਤੋਂ ਵੱਧ ਪਾਠਕ ਬਣਾਉਣ ਵਾਲੇ ਨੂੰ ਸਨਮਾਨ ਵਜੋਂ ਚੈੱਕ ਦਿੱਤਾ ਜਾਵੇਗਾ ਅਤੇ ਨਗਦ ਇਨਾਮ ਵੀ ਦਿੱਤੇ ਜਾਣਗੇ। ਕੰਮ ਹੈ ਪਹਿਲਾ 8 ਮਾਰਚ 2020 ਨੂੰ ਗਣ ਐਤਵਾਰ ਵਾਲੇ ਦਿਨ ਕੋਟਪੁਰਾ ਵਿਖੇ ਇੱਕ ਐਸਾ ਸੈਮੀਨਾਰ ਕਰਵਾਇਆ ਜਾ ਰਿਹਾ ਜਿਸ ਵਿੱਚ ਤਕਰੀਬਨ 151 ਮਹਿਲਾਵਾਂ ਨੂੰ ਸਨਮਾਨਿਤ ਜਾਵੇਗਾ ਕਿਉਂਕਿ ਉਸ ਦਿਨ ਮਹਿਲਾ ਦਿਵਸ ਹੈ ਜੋ ਕਿ ਹਿੰਦੁਸਤਾਨ ਦੇ ਕੋਨੇ ਕੋਨੇ ਮਨਾਇਆ ਜਾਵੇਗਾ। ਇਸ ਦਿਵਸ ਦੇ ਸੰਬੰਧ ਵਿੱਚ ਹੀ ਇਹ ਅੱਜ ਦੀ ਕਮੇਟੀ ਦੇ ਜੋ ਸਰਪ੍ਰਸਤ ਨੇ ਜਾਂ ਜੋ ਪ੍ਰਧਾਨ ਨੇ ਜਾਂ ਇਹਨਾਂ ਦੇ ਜੋ ਮਾਲਕ ਨੇ ਉਹਨਾਂ ਨੇ ਇਹੀ ਉਪਰਾਲਾ ਕੀਤਾ ਹੈ ਨਵੀਂ ਕਮੇਟੀ ਬਣਾ ਕੇ ਕਿ ਉਸ ਦਿਨ ਇੱਕ ਬਹੁਤ ਵੱਡਾ ਸਮਾਗਮ ਕਰਕੇ ਮਹਿਲਾਵਾਂ ਨੂੰ ਸਨਮਾਨ ਦਿੱਤਾ ਜਾਵੇ, ਨਾਲ ਹੋਰ ਵੀ ਲੋਕਾਂ ਨੂੰ ਇਹ ਸੈਮੀਨਾਰ ਦੇ ਨਾਲ ਸ਼ਾਮਿਲ ਹੋ ਕੇ ਚੰਗੀਆਂ ਸੇਵਾਵਾਂ ਦੇਣ ਦਾ ਉਪਰਾਲਾ ਕੀਤਾ ਜਾਵੇਗਾ। ਆਓ ਆਪਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਬਣਨ ਵਾਲੀਆਂ ਪਿੰਡਾਂ ਸ਼ਹਿਰਾਂ ਵਾਰਡਾਂ ਦੀਆਂ
ਕੌਂਸਲਿੰਗ ਕਮੇਟੀਆਂ ਦੇ ਮੈਂਬਰ ਅਤੇ ਅਹੁਦੇਦਾਰ ਬਣਨ ਲਈ ਕਰੀਏ ਵਟਸਐਪ ਮੋਬਾਈਲ ਨੰਬਰ 95928 82 445 ਅਤੇ 98 156 62 747। ਤੁਸੀਂ ਇਹਨਾਂ ਵਟਸਐਪ ਨੰਬਰਾਂ 'ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸੰਬੰਧਿਤ ਟੀਮ ਤੁਹਾਡੇ ਨਾਲ ਆਪਣੇ ਆਪ ਸੰਪਰਕ ਕਰੇਗੀ। ਜੋ ਸੈਮੀਨਾਰ CCP ਨਿਊਜ਼ ਅਤੇ ਹਿਊਮਨ ਰਾਈਟਸ ਵੱਲੋਂ ਕਰਵਾਇਆ ਜਾ ਰਿਹਾ ਹੈ, ਉਸ ਦੇ ਵਿੱਚ 151 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ, ਮਹਿਲਾਵਾਂ ਨੇ ਕਿਸੇ ਵੀ ਕੰਮਾਂ ਦੇ ਵਿੱਚ ਮੱਲਾਂ ਮਾਰੀਆਂ ਹੋਣਗੀਆਂ, ਉਹਨਾਂ ਨੂੰ ਸਾਡੇ ਜਿਹੜੇ CCP ਦੇ ਪਾਠਕ ਨੇ ਉਹ ਮਹਿਲਾਵਾਂ ਨੂੰ ਮਿਲਣਗੇ। ਅਤੇ ਜਿਹੜੇ ਵੀ ਮਹਿਲਾਵਾਂ ਸਾਨੂੰ ਲੱਗਣਗੀਆਂ ਵੀ ਉਹ ਮਹਿਲਾਵਾਂ ਨੇ ਕੋਈ ਵੀ ਕਿਸੇ ਵੀ ਵਡਮੁੱਲੇ ਖੇਤਰ ਦੇ ਵਿੱਚ ਵਧੀਆ ਸੇਵਾਵਾਂ ਆਪਣੀਆਂ ਨਿਭਾਈਆਂ, ਉਹਨਾਂ ਨੂੰ ਉਸ ਸੈਮੀਨਾਰ ਦੇ ਵਿੱਚ ਸਨਮਾਨਿਤ ਕੀਤਾ ਜਾਵੇਗਾ। ਅਤੇ ਮੈਂ ਬਹੁਤ ਧੰਨਵਾਦ ਹਾਂ ਸਾਡੇ ਕਲੱਬ ਦਾ, CCP ਕਲੱਬ ਦਾ, ਅਤੇ ਨਾਲ ਹੀ ਹਿਊਮਨ ਰਾਈਟਸ ਦਾ, ਜਿਨ੍ਹਾਂ ਨੇ ਅੱਜ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਮੈਨੂੰ ਇਹ ਪ੍ਰਧਾਨਗੀ ਦਾ ਅਹੁਦਾ ਮਿਲਿਆ, ਮੈਂ ਇਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ। CCP ਹਿਊਮਨ ਰਾਈਟਸ ਕੌਂਸਲਿੰਗ ਕਲੱਬ ਦਾ ਅੱਜ ਗਠਨ ਹੋਇਆ, ਜੈਤੋਂ ਯੂਨਿਟ ਦਾ ਗਠਨ ਹੋਇਆ। ਉਸ ਸੰਬੰਧ ਦੇ ਵਿੱਚ ਸਾਡੇ ਉੱਪਰੋਂ ਸ਼੍ਰੀ ਸੁਨੀਲ ਕਪੂਰ ਜੀ, ਸਰਦਾਰ ਰਾਜੀਤ ਸਿੰਘ ਲਾਲੀ ਜੀ ਇਹ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ। ਇਹਨਾਂ ਨੇ ਗਾਂ ਜੈਤੋਂ ਮੰਡੀ ਦੇ ਕੰਮ ਕਰਨ ਵਾਲੇ ਹੋਣਹਾਰਾਂ ਦੀ ਚੋਣ ਕੀਤੀ, ਜਿਹਦੇ 'ਚੋਂ ਸਾਡੇ ਖੁਸ਼ਵੰਤ ਰਾਏ ਜੀ ਗੋਇਲ ਅਤੇ ਸ਼੍ਰੀ ਸ਼ੋਕਧੀਰ ਜੀ ਨੂੰ ਇਹ ਪਹਿਲਾਂ ਤੋਂ ਜਾਣਦੇ ਸੀ ਕਿ ਉਹਨਾਂ ਦੇ ਕੰਮਕਾਰ ਬਾਰੇ ਚੰਗੀ ਤਰ੍ਹਾਂ ਸਮਝਦੇ ਸੀ ਕਿ ਬੜੇ ਮਿਹਨਤੀ ਹੈ। ਇਹਨਾਂ ਦੇ ਨਾਲ ਨਾਲ ਇਹਨਾਂ ਨੇ ਹੋਰ ਡਾਕਟਰ ਬੱਬੀ, ਮਨੀਸ਼ ਟੋਡ, ਲਵਿਸ਼ ਜਿੰਦਲ ਜੀ ਨੂੰ, ਇਹਨਾਂ ਨੂੰ ਟੀਮ ਬਣਾਈ ਹੈ ਜਿਹੜੀ ਕਿ ਪੂਰੀ ਤਨਦੇਹੀ ਨਾਲ ਕੰਮ ਕਰੂਗੀ। ਇਸ ਗੱਲ ਦਾ ਵਿਸ਼ਵਾਸ ਖੁਸ਼ਵੰਤ ਰਾਏ ਗੋਇਲ ਜੀ ਨੇ ਦਵਾ ਦਿੱਤਾ। ਲੋਕਾਂ ਦੀ ਕੋਈ ਵੀ ਸਮੱਸਿਆਵਾਂ ਹੋਣਗੀਆਂ, ਖੁਸ਼ਵੰਤ ਰਾਏ ਗੋਇਲ ਜੀ ਨੂੰ ਜਾਂ ਸ਼ੋਕਧੀਰ ਜੀ ਨੂੰ ਮਿਲੋ ਅਤੇ ਪੂਰਾ ਹੱਲ ਹੋਵੇਗਾ ਜੀ। ਘਰ ਘਰ ਦੇ ਵਿੱਚ ਜਾ ਕੇ ਕਮੇਟੀਆਂ ਬਣਾਊਗੀ ਅਤੇ ਜਿਹਨਾਂ ਲੋਕਾਂ ਦੇ ਅਧੂਰੇ ਕੰਮ ਹੈ ਉਹ ਪੂਰੇ ਕੀਤੇ ਜਾਣਗੇ। ਅੱਜ ਕੱਲ੍ਹ ਲੋਕਾਂ ਦੀਆਂ ਬਹੁਤ ਸਮੱਸਿਆਵਾਂ ਨੇ ਜਿਨ੍ਹਾਂ ਦਾ ਸਮਾਧਾਨ ਨਹੀਂ ਹੋ ਰਿਹਾ, ਲੋਕਾਂ ਨੂੰ ਅਵੇਅਰ ਹੀ ਨਹੀਂ ਹੈ ਲੋਕ ਕਿ ਅਸੀਂ ਆਪਣੀ ਸਮੱਸਿਆ ਦਾ ਹੱਲ ਕਿਵੇਂ ਕਰੀਏ। ਮੰਨ ਕੇ ਚੱਲੋ ਕਿਸੇ ਦੇ ਪਾਸੇ FIR ਹੋ ਜਾਂਦੀ ਹੈ ਜਾਂ ਕਿਸੇ ਨੂੰ ਕਿਸੇ ਡਿਪਾਰਟਮੈਂਟ 'ਚ ਨੋਟਿਸ ਆ ਜਾਂਦਾ ਹੈ ਤਾਂ ਉਹ ਵਿਚਾਰਾ ਆਦਮੀ ਜਿਹੜਾ ਅਣਜਾਣ ਹੈ ਵਿਲਕਦਾ ਰਹਿ ਜਾਂਦਾ ਘਰਾਂ, ਉਹ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਲੋਕਾਂ ਫਸ ਜਾਂਦਾ, ਕਿਸੇ ਧੱਕੇ ਚੜ ਜਾਂਦਾ ਤਾਂ ਉਹਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ। ਇਹਨਾਂ ਦੇ ਹੱਲ ਲਈ ਅਸੀਂ CCP ਨਿਊਜ਼ ਜੋ 18 ਸਾਲ ਤੋਂ ਚਾਮਪਟੀ ਪਤ੍ਰਿਕਾ ਅਖਬਾਰ ਚਲਾਉਂਦੇ ਆ ਰਹੇ ਵੀਕਲੀ, ਜੋ 15 ਮਈ ਤੋਂ ਡੇਲੀ ਹੋਇਆ ਔਰ ਹੁਣ ਕਿਹੜੀਆਂ ਜਿਹੜੀਆਂ ਪਿੰਡ ਔਰ ਸ਼ਹਿਰ ਵਾਈਜ਼ ਕੌਂਸਲਿੰਗ ਕਮੇਟੀਆਂ ਬਣਾਈਆਂ ਜਾ ਰਹੀਆਂ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ। ਇਸੇ ਸੰਦਰਭ ਦੇ ਵਿੱਚ ਅੱਜ ਜੈਤੋਂ ਮੰਡੀ ਵਿੱਚ CCP ਹਿਊਮਨ ਰਾਈਟ ਕੌਂਸਲਿੰਗ ਕਲੱਬ, ਕੌਂਸਲਿੰਗ ਕਮੇਟੀ ਬਣਾਈ ਗਈ ਹੈ ਜਿਸ ਅਧੀਨ ਸ਼੍ਰੀ ਅਸ਼ੋਕਧੀਰ ਜੀ ਨੂੰ ਸਰਪ੍ਰਸਤ ਔਰ ਖੁਸ਼ਵੰਤ ਰਾਏ ਜੀ ਨੂੰ ਪ੍ਰਧਾਨ ਔਰ ਜਨਰਲ ਸੈਕਟਰੀ ਆਪਣੇ ਆਦਮਜੀਤ ਜੀ, ਬੱਬੀ ਜੀ, ਸਾਰਿਆਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਦੇ ਕੇ, ਲੋਵੀਸ਼ ਜਿੰਦਲ ਜੀ ਕੁਛ ਸੱਜਣ ਹੁਣੇ ਇੱਥੇ ਸਾਨੂੰ ਉਹਨਾਂ ਨੂੰ ਐਮਰਜੈਂਸੀ ਜਾਣਾ ਪਿਆ, ਸਾਰੇ ਇੱਕ ਮੁੱਠ ਹੋ ਕੇ 11 ਮੈਂਬਰੀ ਕਮੇਟੀ ਅੱਜ ਗਠਿਤ ਹੋਈ ਹੈ ਔਰ ਕਿਸੇ ਨੂੰ ਵੀ ਕੋਈ ਸਮੱਸਿਆਵਾਂ ਨੇ ਜੈਤੋਂ ਮੰਡੀ ਜਾਂ ਹਲਕਾ ਵਿਧਾਨ ਸਭਾ ਹਲਕਾ ਜੈਤੋਂ ਦੀਆਂ ਤਾਂ ਜਿਹੜਾ ਇਹ ਦਫ਼ਤਰ ਹੈ ਇਹ ਜੈਤੋਂ ਚੌਂਕ ਨੰਬਰ ਸਰ ਜੈਤੋਂ ਦਾ ਮੇਨ ਚੌਂਕ ਹੈ ਜਿਹੜਾ ਗੁਰਦੁਆਰਾ ਚੌਂਕ ਹੈ, ਇਹਦੇ ਵਿੱਚ ਇਹਦੇ ਨਾਲ ਹੀ ਖੁਸ਼ਵੰਤ ਰਾਏ ਜੀ ਮੋਬਾਈਲ ਦੁਕਾਨ ਹੈ ਔਰ ਇੱਥੇ ਫਲੈਕਸ ਲੱਗ ਜਾਏਗੀ। ਕਿਸੇ ਦੀ ਵੀ ਕਿਸੇ ਵੀ ਸੱਜਣ ਦੀ ਕੋਈ ਸਮੱਸਿਆ, ਸਰਕਾਰੀ ਹੈ, ਅਰਧ ਸਰਕਾਰੀ ਡਿਪਾਰਟਮੈਂਟ ਹੈ, ਪ੍ਰਾਈਵੇਟ ਹੈ, ਤਾਂ ਆਪਣੀ ਸਮੱਸਿਆ ਇੱਥੇ ਆ ਕੇ ਦੱਸ ਸਕਦਾ। ਉਹਦਾ ਕਮੇਟੀ ਦੇ ਸਾਰੇ ਮੈਂਬਰ ਮੀਟਿੰਗ ਕਰਕੇ ਉਹਦਾ ਫੈਸਲਾ ਲੈਣਗੇ, ਉਸ ਮੁਤਾਬਕ ਅਗਰ ਲੋੜ ਪੈਂਦੀ ਹੈ ਕਿ ਹੈਡ ਆਫ ਦਾ ਡਿਪਾਰਟਮੈਂਟ ਨੂੰ
ਜਿਹੜਾ ਕਿ ਅਖਬਾਰ ਦਾ, ਉੱਥੋਂ ਵੀ ਉਹਨਾਂ ਦਾ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ। ਔਰ ਮੈਂ ਅੱਜ ਮੁਬਾਰਕ ਦਿੰਦਾ ਇਸ ਟੀਮ ਨੂੰ ਕਿ ਬਹੁਤ ਹੀ ਵਧੀਆ ਕੰਮ ਕਰਦੀ, ਲੋਕ ਹਿੱਤ ਵਿੱਚ ਕੰਮ ਕਰੇਗੀ, ਔਰ ਇਹ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਗਈ ਹੈ ਬਖੂਬੀ ਨਿਭਾਉਣਗੇ, ਇਹ ਅਸੈਪਟ ਕਰਨ 'ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ। ਔਰ ਆਸ ਕਰਦਾ ਕਿ ਜੋ ਆਪਾਂ ਮਨੋਰਥ ਮਿਥਿਆ ਉਹਨੂੰ ਆਪਾਂ ਪੂਰੇ ਰਲ ਮਿਲ ਕੇ ਸਰ ਕਰਾਂਗੇ। ਸੋ ਥੈਂਕ ਯੂ। ਜੈਤੋ ਤੋਂ ਕੁਲਦੀਪ ਧੀਰ, ਸਰਪ੍ਰਸਤ ਪੱਤਰਕਾਰ ਖੁਸ਼ਵੰਤ ਰਾਏ, ਲਾਵਿਸ਼ ਜਿੰਦਲ ਦੀ ਰਿਪੋਰਟ।